ਚਾਹ ਕਿ ਵੀ ਆਪਣੀ ਜ਼ਿੰਦਗੀ ਨੂੰ ਉਵੇਂ ਦਾ ਨਹੀਂ ਬਣਾ 파ਰੇ ਜਿਵੇਂ ਆਪਾਂ ਚਾਹੁੰਦੇ ਆ ਤਾਂ ਇਹ ਕਥਾ ਜ਼ਰੂਰ ਸਰਵਣ ਕਰੋ ਕਹਿੰਦੇ ਨੇ ਉਹ ਗੱਲ ਆਪਾਂ ਨੂੰ ਉਦੋਂ ਤੱਕ ਚੰਗੀ ਲੱਗਦੀ ਏ ਜਦੋਂ ਤੱਕ ਉਸ ਨੂੰ ਆਪਾਂ ਆਪਣੇ ਜੀਵਨ ਵਿੱਚ ਨਹੀਂ ਉਤਾਰ ਲੈਂਦੇ ਆਪਾਂ ਭਾਵੇਂ ਕਿੰਨੀਆਂ ਵੀ ਸੋਹਣੀਆਂ ਤੇ ਚੰਗੀਆਂ ਗੱਲਾਂ ਰੋਜ਼ ਸੁਣ ਲਈਏ ਜੇ ਆਪਾਂ ਆਪਣੀ ਜ਼ਿੰਦਗੀ ਵਿੱਚ ਨਹੀਂ ਉਤਾਰਦੇ ਤਾਂ ਫਿਰ ਕਿਸੇ ਕੰਮ ਨਹੀਂ ਹੈਗੇ ਪਰ ਪਰੇਸ਼ਾਨੀ ਇੱਥੇ ਆ ਵੀ ਆਪਾਂ ਕੋਈ ਵੀ ਚੰਗੀ ਗੱਲ ਨੂੰ ਥੋੜੇ ਸਮੇਂ ਲਈ ਜੀਵਨ ਵਿੱਚ ਸ਼ਾਮਿਲ ਕਰਦੇ ਤੇ ਫਿਰ ਉਹਨੂੰ ਛੱਡ ਦੇਨੇ ਆਪਾਂ ਕੀ ਉਦਮ ਨਹੀਂ ਕਰਦੇ ਆਪਣੇ ਮਨ ਵਿੱਚ ਇਹ ਸਵਾਲ ਆ ਸਕਦਾ ਹੈ ਵੀ ਮੈਂ ਤਾਂ ਬਹੁਤ ਵਾਰ ਉਦਮ ਕੀਤਾ ਕਿੰਨੀ ਵਾਰ ਨਾਮ ਜਪਣ ਦੀ ਕੋਸ਼ਿਸ਼ ਕੀਤੀ ਆਪਾਂ ਮਨ ਨੂੰ ਤੇ ਤਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਆਪਾਂ ਹਰ ਵਾਰ ناکਾਮਯਾਬ ਹੀ ਰਹੇ ਆਪਾਂ ਆਖ ਵੀ ਦਿੰਦੇ ਆਂ ਜੀ ਮੇਰੇ ਤਾਂ ਭਾਗ ਹੀ ਖਰਾਬ ਨੇ ਪਰ ਅਸਲ ਵਿੱਚ ਨਾ ਕਿਸੇ ਦੇ ਭਾਗ ਮਾੜੇ ਹੁੰਦੇ ਨੇ ਨਾ ਹੀ ਚੰਗੇ ਹੁੰਦੇ ਨੇ ਗੱਲ ਬਸ ਇੰਨੀ ਕੁ ਇਹ ਵੀ ਕੋਈ ਆਪਣੀ ਜ਼ਿੰਦਗੀ ਨੂੰ ਬਦਲਣ ਲਈ ਉਦਮ ਕਰਦਾ ਤੇ ਕੋਈ ਨਹੀਂ ਕਰਦਾ ਆਪਣੇ ਵੱਲੋਂ ਕੀਤੀ ਕੋਸ਼ਿਸ਼ ਤੇ ਉਹ ਨਹੀਂ ਬੀ ਨਤੀਜਾ ਨਾ ਆਵੇ ਜੇਦੋ ਆਪਾਂ ਅਸਫਲ ਹੋ ਗਏ ਢੇਰੀ ਟਾ ਕੇ ਬੈਠ ਕੇ ਤਾਂ ਆਪਾਂ ਆਪਣੇ ਆਪ ਨੂੰ ਝੂਠ ਬੋਲਦੇ ਆਂ ਵੀ ਮੇਰੀ ਤਾਂ ਕਿਸਮਤ ਹੀ ਖਰਾਬ ਹੈ ਮੰਨ ਲਵੋ ਆਪਾਂ ਰਾਜਸਥਾਨ ਦੇ ਕਿਸੇ ਗਰਮੀ ਦੇ ਦਿਨਾਂ ਵਿੱਚ ਰੇਤਲੇ ਮੈਦਾਨ ਵਿੱਚ ਗਵਾਚ ਗਏ ਜਿੱਥੇ ਦੂਰ ਦੂਰ ਤੱਕ ਕੋਈ ਨਹੀਂ ਹੈਗਾ ਹੁਣ ਗਰਮੀ ਕਰਕੇ ਆਪਾਂ ਨੂੰ ਪਾਣੀ ਦੀ ਤਰੇ ਲੱਗਣੀ ਲਾਜ਼ਮੀ ਹੈ ਜੋ ਆਪਣੇ ਕੋਲ ਪਹਿਲਾਂ ਤੋਂ ਹੈ ਪਰ ਆਪਾਂ ਉਸ ਤੋਂ ਵੀ ਵਧੀਆ ਕੁਝ ਚਾਹੁੰਨੇ ਤਾਂ ਉੱਠਣਾ ਤਾਂ ਪੈਣਾ ਜੋ ਅੱਜ ਆਪਣੇ ਵਿੱਚ ਗੁਣ ਕਾਬੀਅਤੇ ਉਸ ਨੂੰ ਹੋਰ ਵਧਾਉਣਾ ਹੈ ਤਾਂ ਜਾਗਣਾ ਤਾਂ ਪੈਣਾ ਹੀ ਜੇ ਇਸ ਸੰਸਾਰ ਵਿੱਚ ਜਿਉਣਾ ਹੈ ਤਾਂ ਉੱਠਣਾ ਤਾਂ ਬੰਦਿਆ ਤੈਨੂੰ ਪੈਣਾ ਹੀ ਇਹ ਜੋ ਅੰਮ੍ਰਿਤ ਵੇਲੇ ਦਾ ਸਮਾਂ ਹੈ ਇਹ ਸਿਰਫ ਆਪਣਾ ਇਹ ਜੋ ਸਮਾਂ ਹੈ ਇਹ ਵਾਇਗਰੂ ਲਈ ਆਪਣੀ ਸਿਹਤ ਲਈ ਆਪਣੇ ਜੀਵਨ ਦੇ ਲਕਸ਼ ਨੂੰ ਪੂਰਾ ਕਰਨ ਲਈ ਇਹ ਜੋ ਸਮਾਂ ਹੈ ਕੁਝ ਕਰਕੇ ਵੇਖਣ ਲਈ ਕਦੋਂ ਤੱਕ ਆਪਾਂ ਬਿਸਤਰੇ ਤੇ ਲੇਟੇ ਸੁਪਨੇ ਵੇਖਦੇ ਰਹਾਂਗੇ ਕਿਉਂ ਨਾ ਉਠਿਏ ਤੇ ਆਪਣੇ ਸੁਪਨੇ ਪੂਰੇ ਕਰੀਏ ਆਪਣਾ ਜੀਵਨ ਕਿਵੇਂ ਦਾ ਹੋਵੇਗਾ ਇਹ ਆਪਣੀ ਸਵੇਰ ਤੈਅ ਕਰਦੀ ਜੇ ਚਾਦਰ ਤਾਣ ਸੋਵਾਂਗੇ ਤਾਂ ਇਹ ਜੀਵਨ ਵੀ ਐਵੇਂ ਨਿੰਦਰ ਵਿੱਚ ਹੀ ਲੰਘ ਜਾਏਗਾ ਆਪਾਂ ਕਹਿੰਨੇ ਆ ਉੱਠਣਾ ਜਾਗਣਾ ਤਾਂ ਮੈਂ ਚਾਹਨਾ ਪਰ ਮੈਂ ਜਾਗ ਨਹੀਂ ਪਾਉਂਦਾ ਬਸ ਉਦੋਂ ਆਪਣੇ ਆਪ ਨੂੰ ਇੱਕ ਸਵਾਲ ਜ਼ਰੂਰ ਪੁੱਛੋ ਵੀ ਮੈਂ ਸਵੇਰੇ ਉੱਠ ਕਰਨਾ ਕੀ ਚਾਹਨਾ ਜਵਾਬ ਆਪੇ ਅੰਦਰੋਂ ਮਿਲ ਜਾਵੇਗਾ ਜਿੰਨਾ ਜ਼ਿਆਦਾ ਸਮਾਂ ਲੇਟਣ ਤੇ ਸੌਣ ਨੂੰ ਦੇਵਾਂਗੇ ਉਨਾਂ ਹੀ ਆਪਾਂ ਆਪਣਾ ਨੁਕਸਾਨ ਕਰਦੇ ਹਾਂ બસ ਥੋੜਾ ਜਿਹਾ ਉਦਮ ਕਰ ਮੈਂ ਉੱਠ ਗਿਆ ਤਾਂ ਮੈਂ ਇਸ ਸਮਾਂ ਇਸ ਪਲ ਮੈਂ ਆਪਣੇ ਜੀਵਨ ਨੂੰ ਦੇ ਕੇ ਇਸ ਤੋਂ ਸੋਨਾ ਤੇ ਸੁਚੱਜਾ ਬਣਾ ਸਕਦਾ ਆਪਣੇ ਆਪ ਨੂੰ ਰੋਜ਼ ਇੱਕ ਗੱਲ ਜ਼ਰੂਰ ਪੁੱਛੋ ਕਿ ਮੈਂ ਆਪਣੀ ਜ਼ਿੰਦਗੀ ਦਾ ਇਹ ਕੀਮਤੀ ਸਮਾਂ ਸੌਣ ਨੂੰ ਦੇਣਾ ਹੈ ਜਾਂ ਆਪਣੇ ਆਪ ਨੂੰ ਬਿਹਤਰ ਬਣਾਉਣਾ ਹੈ ਇਹਨਾਂ ਤਾਂ ਆਪਾਂ ਨੂੰ ਹੀ ਪਤਾ ਹੈ ਕਿ लेट ਕੇ ਕੋਈ ਸੁਪਨਾ ਪੂਰਾ ਨਹੀਂ ਹੁੰਣਾ ਬਸ ਥੋੜਾ ਜਿਹਾ ਉਦਮ ਤੇ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਉਹ ਵਾਤਾਵਰਣ ਵਿੱਚ ਜਦੋਂ ਗਏ ਨਾ ਤੇ ਆਪੇ ਮਨ ਨੂੰ ਸਕੂਨ ਹੀ ਮਿਲੇਗਾ ਤੇ ਸ਼ਾਂਤੀ ਵੀ ਪ੍ਰਾਪਤ ਹੋਏਗੀ ਜਾਗਣਾ ਚਾਹੀਦਾ ਤੇ ਜਾਗਣਾ ਪੈਣਾ ਵੀ ਹੈ ਜੀਵਨ ਐਵੇਂ ਆਪਣਾ ਸੌਣ ਵਿੱਚ ਲੰਘਾ ਦੇਣਾ ਇਹ ਕੋਈ ਚੰਗੀ ਗੱਲ ਤਾਂ ਹੈ ਨਹੀਂ ਕੱਲ ਤਾਂ ਆਪਣੀ ਕਦੇ ਆਉਣੀ ਨਹੀਂ ਫਿਰ ਕਿਉਂ ਆਪਾਂ ਅੱਜ ਦੇ ਵਿੱਚ ਜਿਉਂਦੇ ਨਹੀਂ ਹੈਗੇ ਆਪਾਂ ਅੱਜ ਤੋਂ ਹੀ ਆਪਣੇ ਜੀਵਨ ਨੂੰ ਇੱਕ ਨਵਾਂ ਮੋੜ ਦੇਾਂਗੇ ਅੱਜ ਆਪਣੇ ਵਿਚਾਰਾਂ ਨੂੰ ਖਿਆਲਾਂ ਨੂੰ ਬਦਲਾਂਗੇ ਆਪਣੇ ਬਹਾਨਿਆਂ ਨੂੰ ਪਾਸੇ ਰੱਖ ਕੇ ਉਦਮ ਦੀ ਗਲਬਕੜੀ ਪਾਵਾਂਗੇ ਆਪਾਂ ਅੱਜ ਇੱਕ ਨਵੀਂ ਸ਼ੁਰੂਆਤ ਕਰਾਂਗੇ ਬਸ ਹੁਣ ਬਹੁਤ ਸੌ ਲਿਆ ਹੁਣ ਉੱਠਣ ਦੀ ਵਾਰੀ ਆਓ ਜਾਗੀ